ਮਹਾਰਾਜ ਦਾ ਸਰੂਪ ਲੈ ਕੇ ਕਿਹਾ ਕਿੱਥੇ ਲਿਖਿਆ ਵੀ ਥਾਣੇ ਤੇ ਮਹਾਰਾਜ ਸਰੂਪ ਲੈ ਕੇ ਚੱਲੋ ਠੀਕ ਹੈ ਤੇ ਕਾਰਵਾਈ ਹੋ ਰਹੀ ਹੈ ਕਾਰਵਾਈ ਕਰਨ ਰੱਖਿਆ ਜੀ ਸਾਡੀ ਪੰਜਾਬ ਪੁਲਿਸ ਦੀ ਆਨ ਬਾਨ ਸ਼ਾਨ ਰੰਧਾਵਾ ਸਾਹਿਬ ਐਸ ਪੀ ਸਾਹਿਬ ਸਾਡੇ ਨਾਲ ਨੇ ਰੰਧਾਵਾ ਸਾਹਿਬ ਅੱਜ ਤੁਹਾਡੇ ਮਨ ਨੂੰ ਇੱਕ ਬਹੁਤ ਠੇਸ ਪਹੁੰਚੀ ਹੈ ਔਰ ਉਹ ਠੇਸ ਤੁਸੀਂ ਸ਼ਰੇਆਮ ਕਹਿ ਦਿੱਤੀ ਹੈ ਕੀ ਗੱਲ ਹੋ ਦੇਖੋ ਜੀ ਮੈਂ ਸ਼ਹੀਦ ਭਾਈ ਲਛਮਣ ਸਿੰਘ ਦੇ ਪਰਿਵਾਰ ਦੇ ਵਿੱਚੋਂ ਹਾਂ ਜਦੋਂ ਸ਼ਹੀਦ ਭਾਈ ਲਛਮਣ ਸਿੰਘ ਜੀ ਨੂੰ ਜਦੋਂ ਨਨਕਾਣਾ ਸਾਹਿਬ ਗਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿਸੇ ਹੱਥ ਨਹੀਂ ਚੁੱਕਣਾ ਔਰ ਉਹਨਾਂ ਨੇ ਉਹ ਇੰਨੇ ਜਵਾਨ ਸੀ ਜੇ ਮਹੰਤ ਨੂੰ ਚਾਹੁੰਦੇ ਇਕੱਲੇ ਮਾਰ ਸਕਦੇ ਲੇਕਿਨ ਉਹਨਾਂ ਕਿਸੇ ਦੇ ਹੱਥ ਨਹੀਂ ਚੁੱਕਣਾ ਅੱਜ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਮੋਹਰੇ ਰੱਖ ਕੇ ਨਿਹੱਤੇ ਮੁਲਾਜ਼ਮਾਂ 'ਤੇ ਕਿਰਪਾਨਾਂ ਚਲਾਈਆਂ ਇਹ ਸਿੱਖ ਨੂੰ ਸ਼ੋਭਾ ਨਹੀਂ ਦਿੰਦੇ ਇਹ ਜਿੰਨੇ ਸਿੱਖਾਂ ਨੇ ਮੈਂ ਉਹਨਾਂ ਨੂੰ ਸਿੱਖ ਨਹੀਂ ਸਮਝਦਾ ਤੁਹਾਡੀ ਮੁਲਾਜ਼ਮਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਮੁਲਾਜ਼ਮਾਂ ਨੇ ਕਿਸੇ ਨੂੰ ਕੋਈ ਨਹੀਂ ਕਰੀ ਕਿਰਪਾਨਾਂ ਖਾ ਲਈਆਂ ਮੁਲਾਜ਼ਮਾਂ ਨੇ ਪਰ ਮਹਾਰਾਜ ਦੇ ਸਰੂਪ 'ਤੇ ਸਾਡੇ ਕੋਲ ਕੈਨਨ ਸ਼ੀਟ ਸੀ ਹਰ ਚੀਜ਼ ਸੀ ਲੇਕਿਨ ਜੇ ਅਸੀਂ ਪਾਣੀ ਦੀ ਬਜਾਏ ਜਾਂ ਕੋਈ ਪੁਲਿਸ ਦਾ ਪੁਲਿਸ ਐਕਸ਼ਨ ਕਰਦੇ ਤਾਂ ਮਹਾਰਾਜ ਦੇ ਸਰੂਪ ਦੀ ਬੇਅਦਬੀ ਹੋ ਜਾਣੀ ਸੀ ਅਸੀਂ ਆਪਣੀਆਂ ਸਰੀਰਾਂ 'ਤੇ ਹੰਢਾ ਲਿਆ ਲੇਕਿਨ ਅਸੀਂ ਮਹਾਰਾਜ ਦੇ ਸਰੂਪ ਵੱਲ ਨੂੰ ਹੱਥ ਨਹੀਂ ਕੀਤਾ ਕਿਸੇ ਇਹ ਤੁਸੀਂ ਦੇਖ ਲਓ ਜੀ ਇਹ ਸਮਾਂ ਦੱਸੇਗਾ ਮੈਂ ਕਹਿੰਦਾ ਵਾਂ ਮੇਰੇ ਪੰਜਾਬ ਵਾਸਤੇ ਬਹੁਤ ਮਾੜੀ ਚੀਜ਼ ਆ ਇੱਥੇ ਇਸ ਹਾਲਾਤ ਦੇ ਵਿੱਚ ਕਿਹੜਾ ਪੰਜਾਬ 'ਚੋਂ ਬਿਜ਼ਨਸ ਜਾਣ ਕੇ ਪੈਸੇ ਲਾਏਗਾ ਸਰ ਇਸ ਵੇਲੇ ਹੋ ਸਕਦਾ ਸੀ ਕਿਸੇ ਜਿਸ ਤਰੀਕੇ ਦਾ ਮਾਹੌਲ ਸੀ ਕਿਸੇ ਜਵਾਨ ਦੀ ਅੱਜ ਸ਼ਹਾਦਤ ਜਿਸ ਤਰੀਕੇ ਦਾ ਨਹੀਂ ਜੀ ਮੁਲਾਜ਼ਮ ਤਾਂ ਵੇਖੋ ਮੂੰਹ ਵੱਡੇ ਨੇ ਲੱਤਾਂ ਵੱਡੀਆਂ ਕਿਰਪਾਨਾਂ ਪਹਿਲਾਂ ਮੈਨੂੰ ਦੱਸਿਓ ਮੁਲਾਜ਼ਮਾਂ ਕੋਲੋਂ ਕਿਸੇ ਕੋਲ ਵੈਪਨ ਹੀ ਨਹੀਂ ਹੈਗਾ ਮੈਂ ਐਸ ਪੀ ਹਾਂ ਮੇਰੇ ਨਾਲ ਕੋਈ ਗਨਮੈਨ ਦੇਖ ਲਓ ਕਿਸੇ ਕੋਲ ਹਥਿਆਰ ਦੇਖ ਲਓ ਆਹ ਮੇਰੀ ਇੱਕ ਸਟਿੱਕ ਆ ਜਿਹੜੀ ਕਿ ਅਸੀਂ ਸਵੇਰ ਦੀ ਇੱਦਾਂ ਇਹ ਸਾਡੀ ਅਸੂਲ ਹੈ ਵੈਸੇ ਕਿਤੇ ਘੱਟੋ ਘੱਟ 10-12 ਮੁਲਾਜ਼ਮ ਸਾਡੇ ਇਹੋ ਜਿਹੇ ਨੇ ਮੈਂ ਇੱਕ ਦੇ ਮੂੰਹ 'ਤੇ ਕਿਰਪਾਨ ਵੱਜੀ ਆ ਦੂਜੀ ਔਰ ਵੇਖੋ ਹੋਰ ਚੀਜ਼ ਹੈ ਕੇਸ ਕੱਟੇ ਨੇ ਕੇਸ ਕਤਲ ਕਰਾਏ ਨੇ ਸ਼ੇਵ ਕੀਤੀ ਆ ਗਲਾਂ ਦੇ ਵਿੱਚ ਚਾਂਦੀਆਂ ਪਾਈਆਂ ਕਈ ਪਾਇਆ ਅਤੇ ਹੱਥ ਦੇ ਵਿੱਚ ਸਿਰੀ ਸਾਹਿਬ ਫੜੇ ਮੈਂ ਤਾਂ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਆ ਜੇ ਪੰਜਾਬ 'ਚ ਸ਼ਾਂਤੀ ਹੋਣੀ ਐਸ ਪੀ ਸਾਹਿਬ ਵੱਲੋਂ ਬੜੇ ਸਾਫ ਲਫਜ਼ਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਆਖਿਰ ਸਾਰਾ ਭਾਣਾ ਵਾਪਰਿਆ ਕੀ ਹੈ ਔਰ ਐਕਸ਼ਨ ਹੋਣ ਵਾਲਾ ਕੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਗੁਰੂ ਮਹਾਰਾਜ ਜੀ ਦੇ ਸਤਿਕਾਰ ਨੂੰ ਧਿਆਨ 'ਚ ਰੱਖਦੇ ਹੋਏ ਸਤਿਕਾਰ ਦਾ ਧਿਆਨ ਰੱਖਦੇ ਹੋਏ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣੇ ਤਾਂ ਜਿਹੜੇ ਭਾਈ ਸਾਹਿਬ ਦੇ ਸਮਰਥਕ ਨੇ ਉਹ ਦੱਸ ਸਕਦੇ ਨੇ ਉਹਨਾਂ ਦਾ ਕਹਿਣਾ ਕਿ ਸਮਰਥਕਾਂ ਵੱਲੋਂ ਡਾਂਗਾ ਆਪਣੇ ਤਲਵਾਰਾਂ ਸ਼ਰੇਆਮ ਚਲਾਈਆਂ ਗਈਆਂ ਜਿਹਦੇ ਨਾਲ ਮੁਲਾਜ਼ਮ ਕਾਫੀ ਜਿਹੜੇ ਨੇ ਫੱਟੜ ਹੋਏ ਨੇ ਇਲਾਜ ਅਧੀਨ ਨੇ ਔਰ ਉਹਨਾਂ ਦਾ ਕਹਿਣਾ ਕਿ ਜੇਕਰ ਪੰਜਾਬ 'ਚ ਸ਼ਾਂਤੀ ਚਾਹੀਦੀ ਹੈ ਤਾਂ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਜ਼ਰੂਰ ਹੋਏਗੀ ਸੋ ਇਹ ਕਹਿਣਾ ਐਸ ਪੀ ਸਾਹਿਬ ਦਾ ਸੋ ਉਹਨਾਂ ਨੇ ਇਹ ਕਿਹਾ ਕਿ ਅੱਜ ਸ਼ਹਾਦਤ ਵੀ ਕਿਸੇ ਪੁਲਿਸ ਵਾਲੇ ਦੀ ਹੋ ਸਕਦੀ ਸੀ ਪਰ ਗੁਰੂ ਸਾਹਿਬ ਦੇ ਸਤਿਕਾਰ ਦੇ ਤੌਰ 'ਤੇ ਕਿਉਂਕਿ ਗੱਡੀਆਂ ਪਾਣੀ ਵਾਲੀਆਂ ਹਰ ਤਰ੍ਹਾਂ ਦੀਆਂ ਲੱਗੀਆਂ ਸੀ ਚੱਲੀ ਕੋਈ ਵੀ ਇਸ ਕਰਕੇ ਨਹੀਂ ਕਿਉਂਕਿ ਅੱਗੇ ਮਹਾਰਾਜ ਜੀ ਦੇ ਸਰੂਪ ਸੀ ਸੋ ਹੁਣ ਭਾਵਨਾਵਾਂ ਆਪਣੀਆਂ ਆਪਣੀਆਂ ਨੇ ਇਹ ਤਾਂ ਹੁਣ ਵਿਚਾਰ ਨਾਲ ਹੀ ਗੱਲ ਹੈ ਬੈਠ ਕੇ ਗੱਲ ਹੈ ਕਿ ਪੁਲਿਸ ਨੇ ਆਪਣਾ ਪੱਖ ਰੱਖਿਆ